अज 22 अक्टूबर 2024 जिहड़ा भारतीय किसान जवाब वालों धरना लाया कि झोने की खरीद को लेके अजे तक भी चल रहा, पर ये संबंध से सरकार नाल अजे तक कोई भी गल नहीं निबड़ी, जिस करके ये धरना बिल्कुल बरकरार चल रहा शुगर मिल चौंक फगवाड़ा दे विच। प्रशासन ने ट्रैफिक नू डिवर्ट किया होया है, पर फिर भी काफ़ी रश है और भारतीय किसान यूनियन ने अपने किसानों वास्ते चाह का लंगर इस ट्रैफिक नू कंट्रोल करने के लिए पंजाब पुलिस ने काफ़ी प्रबंध किए ने, पर फिर भी लंबिया लाइना लगिया हुई ने और बहुत ही स्लो जून की चाले ट्रैफिक जा रही है। बेशक शांतिपूर्वक ये सारा धरना चल रहा है, पर फिर भी प्रशासन ने वाटर कैनन का भी प्रबंध किया हो जो किसी किस्म की कोई अनसका भी घटना ना वापरे, भावें इस धरने के कोई भी औरत या लेडीज नहीं आई हुई, पर सरकार ने अपने वालों पूरे प्रबंध किए हुए ने। लेडी पुलिस को भी इतने लगाया गया है। कंपनियां थोड़ा सस्ते रेट से मंग रही, कहने दे दौ सू सारा ही 121 डबल ड्यूटी हो गए इशारे से हो रहा है। यह थोड़ा व्यापार सारे बंदर खुले है, जब बंदर खुले झोने की प्रोडक्शन वधाने वास्ते खादा
ਹੋਰ ਦਵਾਈਆਂ ਵਗੈਰਾ ਸਾਨੂੰ ਦਿੱਤੀਆਂ। ਅੱਜ ਸਾਡੀ ਜਿਹੜੀ ਮਿੱਟੀ ਹੈ, ਧਰਤੀ ਹੈ, ਜਿਹੜੀ ਸਾਡੇ ਬੱਚਿਆਂ ਨੇ ਵੀ ਲੰਮੇ ਸਮੇਂ ਲਈ ਇਹਦੇ ਵਿੱਚੋਂ ਫਸਲਾਂ ਉਗਾ ਕੇ ਢਿੱਡ ਭਰਨਾ ਪੂਰੇ ਪੰਜਾਬ ਨੇ, ਉਹ ਖਰਾਬ ਹੁੰਦੀ ਜਾ ਰਹੀ ਹੈ। ਹੁਣ ਇੱਥੇ ਫਸਲ ਰੁੜ ਰਹੀ ਹੈ, ਕਾਟ ਕੱਟੀ ਜਾ ਰਹੀ ਹੈ। ਇਹ ਝੋਨੇ ਦੀ ਜਿਹੜੀ ਫਸਲ ਹੈ ਬਾਹਰਲੀਆਂ ਸਟੇਟਾਂ ਦੇ ਵਿੱਚ ਜਿਵੇਂ ਕਿ ਛੱਤੀਸਗੜ੍ਹ, ਉੜੀਸਾ, MP, ਹੋਰ ਕੁਛ ਸਟੇਟਾਂ ਦੇ ਵਿੱਚ ਪਤਾ ਲੱਗਿਆ ਕਿ 3800 ਰੁਪਈਆ ਪ੍ਰਾਈਵੇਟ ਉਹਦਾ ਭਾਅ ਦੇ ਕੇ ਉਹਨਾਂ ਕਿਸਾਨਾਂ ਨੂੰ ਹੋਰ ਅੱਗੇ ਝੋਨਾ ਲਾਉਣ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ। ਇਹਦਾ ਮਤਲਬ ਆਪਾਂ ਨੂੰ ਕਿਤੇ ਨਾ ਕਿਤੇ ਸਮਝ ਲੈਣਾ ਚਾਹੀਦਾ ਹੈ। ਅੱਗੇ ਉਹ ਲੋਕ ਜਿਹੜੇ ਸਾਡੇ ਨਾਲ ਵਿਤਕਰਾ ਕਰ ਰਹੇ ਆ, ਉਹ ਸਾਡੇ ਤੇ ਡਿਪੈਂਡ ਕਰਦੇ ਸੀ। ਭਾਰਤ ਸਰਕਾਰ, ਭਾਰਤ ਸਰਕਾਰ, ਮੋਦੀ ਸਰਕਾਰ, ਕਿਸਾਨ ਮਜ਼ਦੂਰ ਏਕਤਾ, ਜਿਸ ਤਰ੍ਹਾਂ ਪ੍ਰਧਾਨ ਜੀ ਨੇ ਪਹਿਲਾਂ ਆਪਾਂ ਨੂੰ ਦੱਸਿਆ, ਇਸ ਜਥੇਬੰਦੀਆਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਕਿਤੇ ਝੰਡਾ ਤੇ ਡੰਡਾ ਸਾਹਮਣੇ ਰੱਖਣਾ, ਕਿਤੇ ਜਦੋਂ ਆਪਣੇ ਹੱਥ ਝੰਡਾ ਡੰਡਾ ਨੇ ਉਹਨਾਂ ਦੇ ਕੋਲ ਆਪਾਂ ਡਾਲ ਦਾ ਵੀ ਹੋ ਸਕਦਾ, ਨਾ ਆਪਣੀ ਭੇਸਿਆ ਬਣ ਸਕਦੀ ਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਟ੍ਰੈਫਿਕ ਦੀਆਂ ਲੰਮੀਆਂ ਲੰਮੀਆਂ ਲਾਈਟਾਂ ਲਾਈਨਾਂ ਲੱਗੀਆਂ ਹੋਈਆਂ ਨੇ। ਮੈਨੂੰ ਪੁਲਿਸ ਵਾਲੇ ਵੀ ਇਸ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ, ਟਰੱਕ ਨੇ,